ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਉਹ ਅਸੀਂ NDPS ਐਕਟ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਜਿਹੜੀ ਅਸੀਂ ਪੁਲਿਸ ਕਾਰਵਾਈ ਕਰ ਰਹੀ ਹੈਗੀ ਉਹਦੇ ਰਿਗਾਰਡਿੰਗ ਕੀਤੀ ਗਈ ਹੈ। ਹੁਣ ਤੱਕ ਅਸੀਂ ਨਸ਼ੇ ਦੇ ਜਿਹੜੇ ਤਸਕਰ ਹੁੰਦੇ ਆ ਉਹਨਾਂ ਨੂੰ ਫੜਦੇ ਆਏ ਹਾਂ ਅਤੇ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਦੇ ਆਏ ਹਾਂ। ਹੁਣ ਅਸੀਂ ਜਿਹੜੇ NDPS ਐਕਟ ਦੇ ਵਿੱਚ ਹੋਰ ਪ੍ਰਾਵਧਾਨ ਹੈਗੇ 68F ਉਹਦੀ ਵਰਤੋਂ ਕਰਕੇ ਜਿਹੜੇ ਨਸ਼ੇ ਦੇ ਤਸਕਰ ਹੈ ਉਹਨਾਂ ਦੀ ਨਸ਼ੇ ਦੇ ਥਰੂ ਕਮਾਈ ਗਈ ਜਿਹੜੀ ਪ੍ਰੋਪਰਟੀ ਹੈਗੀ ਉਹਨੂੰ ਫਰੀਜ਼ ਕਰਕੇ ਉਹਦੇ ਵਿਰੁੱਧ ਐਕਸ਼ਨ ਲੈ ਰਹੀ ਹੈ ਹੁਣ ਪੁਲਿਸ, ਉਹਦੇ ਰਿਗਾਰਡਿੰਗ ਅਸੀਂ ਕਰ ਰਹੇ ਹਾਂ। ਕਿੰਨੇ ਤਸਕਰ ਹੈ ਸਰ ਟੋਟਲ? ਇਹਦਾ ਜਿਹੜਾ ਪ੍ਰੋਸੀਜਰ ਹੈ ਉਹ ਪੂਰਾ ਹੁਣ ਕੰਪਲੀਟ ਹੋ ਚੁੱਕਿਆ ਹੈ ਅਤੇ ਫਾਈਨਲ ਆਰਡਰ ਸਾਨੂੰ ਮਿਲ ਚੁੱਕੇ ਹਨ। ਟੋਟਲ 3 ਤਸਕਰ ਹੈਗੇ ਜਿਨ੍ਹਾਂ ਦੀ ਅਪਰੋਕਸੀਮੇਟਲੀ 52 ਲੱਖ ਤੋਂ ਵੱਧ ਦੀ ਪ੍ਰੋਪਰਟੀ ਹੈਗੀ ਜਿਹਨੂੰ ਹੁਣ ਫਰੀਜ਼ ਕਰਨ ਜਾ ਰਹੇ ਹਾਂ। ਪਹਿਲੀ ਵਾਰੀ ਹੋਇਆ ਜੀ ਪੰਜਾਬ ਦੇ ਵਿੱਚ? ਪੰਜਾਬ ਦੇ ਵਿੱਚ ਤਾਂ ਨਹੀਂ, ਐਟਲੀਸਟ ਗੁਰਦਾਸਪੁਰ ਦੇ ਵਿੱਚ ਇਹ ਸਾਨੂੰ ਪਹਿਲੇ ਆਰਡਰਸ ਮਿਲੇ ਹੈ। ਇਹ ਪੂਰਾ ਪ੍ਰੋਸੀਜਰ ਹੈਗਾ, ਇਹਨੂੰ ਫੋਲੋ ਕਰਕੇ ਅਤੇ ਕੰਪੀਟੈਂਟ ਅਥਾਰਟੀ ਦਿੱਲੀ ਦੇ ਥਰੂ ਸਾਨੂੰ ਇਹਦੇ ਆਰਡਰਸ ਮਿਲੇ ਹੈ, ਹੁਣ ਇਹਨੂੰ ਅਸੀਂ ਇੰਪਲੀਮੈਂਟ ਕਰਨ ਜਾ ਰਹੇ ਹਾਂ। ਇਹਦੇ ਵਿੱਚ ਜਿੰਨੇ ਵੀ ਮੁਕੱਦਮੇ ਹੈਗੇ NDPS ਐਕਟ ਦੇ ਵਿੱਚ ਰਜਿਸਟਰਡ, ਇਹ ਅਸੀਂ 13 ਹੋਰ ਤਿਆਰ ਕੀਤੇ ਹੈ ਅਤੇ ਉਹਨਾਂ ਦੇ ਵੀ ਅਸੀਂ ਸੇਮ ਕਾਰਵਾਈ ਕਰਾਂਗੇ। ਬੇਸਿਕਲੀ ਅਸੀਂ ਪਬਲਿਕ ਨੂੰ ਇਹੀ ਮੈਸੇਜ ਦੇ ਰਹੇ ਹਾਂ ਕਿ ਅਸੀਂ ਨਸ਼ਿਆਂ ਵਿਰੁੱਧ ਕਾਫੀ ਜੰਗੀ ਪੱਧਰ 'ਤੇ ਕਾਰਵਾਈ ਕਰ ਰਹੇ ਹਾਂ ਅਤੇ ਜਿਹੜੇ ਤਸਕਰ ਹੈਗੇ ਉਹਨਾਂ ਦੀ ਹੁਣ ਬਣਾਈ ਗਈ ਜਿਹੜੀ ਪ੍ਰੋਪਰਟੀ ਹੈ ਉਹਨੂੰ ਵੀ ਨਹੀਂ ਛੱਡਿਆ ਜਾਏਗਾ ਅਤੇ ਉਹਦੇ ਵਿਰੁੱਧ ਵੀ ਐਕਸ਼ਨ ਦਿੱਤਾ ਜਾਏਗਾ ਤਾਂ ਕਿ ਉਹ ਆਪਣੇ ਇਲੀਗਲ ਕਮਾਈ ਦੇ ਥਰੂ ਜਿਹੜਾ ਆਪਣੇ ਪ੍ਰੋਪਰਟੀ ਬਣਾ ਰਹੇ ਉਹਨਾਂ 'ਤੇ ਬਹੁਤ ਲਗਾਮ ਲਗਾਈ ਜਾ ਸਕੇ ਅਤੇ ਉਹਨਾਂ ਨੂੰ ਹਾਂਜੀ 3 ਕੇਸਿਸ ਹੈ, ਵੱਖਰੇ ਵੱਖਰੇ ਕੇਸਿਸ ਹੈ। 2021 ਦੀ 2 FIR ਹੈ, 2022 ਦੀ ਹੈ। ਤਾਂ ਉਹਦੇ ਵਿੱਚ ਇਹ ਸਮਗਲਰਸ ਆਈਡੈਂਟੀਫਾਈ ਕਰਕੇ ਉਹਨਾਂ ਦੀ ਪ੍ਰੋਪਰਟੀਜ਼ ਨੂੰ ਆਈਡੈਂਟੀਫਾਈ ਕੀਤਾ ਗਿਆ, ਉਹਦਾ ਪ੍ਰਪੋਜ਼ਲ ਬਣਾਇਆ ਗਿਆ, ਸੀਜ਼ਰ ਦੇ ਆਰਡਰ ਪਾਸ ਕੀਤੇ ਗਏ ਅਤੇ ਉਹ ਪ੍ਰਪੋਜ਼ਲ ਦਿੱਲੀ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਗਿਆ। ਉਹਨਾਂ ਨੇ ਫਿਰ ਉਹਦੀ ਹੀਅਰਿੰਗ ਕਰਦੇ ਪੂਰਾ ਪ੍ਰੋਸੀਜਰ ਫੋਲੋ ਕਰਕੇ ਹੁਣ ਫਾਈਨਲ ਆਰਡਰ ਸਾਨੂੰ ਮਿਲ ਚੁੱਕੇ ਹਨ ਤਾਂ ਉਹਨਾਂ ਦੀ ਪ੍ਰੋਪਰਟੀ ਨੂੰ ਸੀਜ਼ ਕੀਤਾ ਜਾਵੇ। ਅੱਗੇ ਵੀ ਜਾਰੀ ਰਹੇਗਾ ਜੀ? ਹਾਂਜੀ, ਇਹ ਅੱਗੇ ਵੀ ਜਾਰੀ ਰਹੇਗਾ ਅਤੇ ਅਸੀਂ ਵਾਰਨਿੰਗ ਵੀ ਦੇ ਰਹੇ ਹਾਂ ਜਿਹੜੇ ਵੀ ਸਮਗਲਰਸ ਹੈਗੇ ਕਿ ਉਹ ਇਲੀਗਲ ਐਕਟੀਵਿਟੀ ਜੋ ਸਮਗਲਿੰਗ ਦੀ ਨਸ਼ਾ ਸਮਗਲਿੰਗ ਦੀ ਐਕਟੀਵਿਟੀਜ਼ ਹੈ ਉਹਨਾਂ ਤੋਂ ਦੂਰ ਰਹੇ। ਅਦਰਵਾਈਜ਼ ਇਹ ਬੜੇ ਹੀ ਸਖਤ ਕਾਨੂੰਨ ਹੈ ਜਿਹਦੇ ਵਿੱਚ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।